ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਰਬ ਸੰਗਤਾਂ ਨੂੰ ਪਤਾਈ ਹੈ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਆਪਾਂ ਮਰੀਜ਼ਾਂ ਨੂੰ ਦਵਾਈ ਦਿੰਨੇ ਆ ਔਰ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਉਹਨਾਂ ਦਾ ਨਵਜ ਦੇਖ ਕੇ ਗਰੰਟੀ ਦੇ ਨਾਲ ਇੰਡਸਕੇ ਦੇ ਵਿੱਚ ਆਪਾਂ ਹਰ ਇੱਕ ਬਿਮਾਰੀ ਦਾ ਇਲਾਜ ਹੈ ਜਿਹੜਾ ਕੀਤਾ ਜਾਂਦਾ ਹੈ ਪਿਛਲੇ ਲੰਮੇ ਸਮੇਂ ਤੋਂ ਆਪਾਂ ਜਿਹੜੀ ਇਹ ਸੇਵਾ ਤੁਹਾਡੇ ਚਰਨਾਂ 'ਚ ਨਿਭਾ ਰਹੇ ਹਾਂ ਤੇ ਪਿਛਲੇ ਕਾਫੀ ਸਮੇਂ ਤੋਂ ਸਾਨੂੰ ਸੰਗਤਾ ਵੱਲੋਂ ਇੱਥੇ ਆ ਕੇ ਵੀ ਫੋਨ ਤੇ ਵੀ ਕਈ ਸਾਡੀਆਂ ਮਾਤਾ-ਮਾਪ ਭੈਣਾ ਇਹਨਾਂ ਵੱਲੋਂ ਸਵਾਲ ਕੀਤਾ ਜਾਂਦਾ ਸੀ ਕਿ ਸਾਡੇ ਘਰ ਦੇ ਵਿੱਚ ਕਿਸੇ ਦੇ ਘਰ ਵਾਲਾ ਹੈ ਕਿਸੇ ਦਾ ਭਰਾ ਹੈ ਕਿਸੇ ਦਾ ਪੁੱਤ ਹੈ ਸ਼ਰਾਬ ਜਿਆਦਾ ਪੀਂਦੇ ਆ ਔਰ ਸ਼ਰਾਬ ਇੰਨੀ ਕ ਪੀਂਦੇ ਆ ਕਈ ਤਾਂ ਦਿਨ ਰਾਤ ਇੱਕ ਕਰ ਦਿੰਦੇ ਆ ਔਰ ਉਹਨਾਂ ਤੋਂ ਫਿਰ ਸਾਰਾ ਪਰਿਵਾਰ ਹੈ ਜਿਹੜਾ ਉਹ ਵੀ ਦੁਖੀ ਹੈ ਘਰ ਵਾਲੀ ਘਰ ਵਾਲੇ ਤੋਂ ਦੁਖੀ ਹੈ ਬੱਚੇ ਨੇ ਜਿਹੜੇ ਉਹ ਆਪਣੇ ਪਿਓ ਤੋਂ ਦੁਖੀ ਨੇ ਵੀ ਸ਼ਰਾਬ ਦਿਨ ਰਾਤ ਪੀਂਦਾ ਰਹਿੰਦਾ ਹੈ ਸਕੂਲ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਤੇ ਨਹੀਂ ਲਿਜਾ ਸਕਦੇ ਵਿਚਾਰੇ ਡਰਦੇ ਆ ਕਿਤੇ ਇੱਥੇ ਸਕੂਲ ਚ ਨਾ ਆ ਜੇ ਤਾਂ ਬੇਇੱਜ਼ਤੀ ਮਹਿਸੂਸ ਕਰਦੇ ਆ ਘਰ ਵਾਲੇ ਬੇਇੱਜ਼ਤੀ ਮਹਿਸੂਸ ਕਰਦੀ ਹੈ ਕਿਸੇ ਵਿਆਹ ਤੇ ਪ੍ਰੋਗਰਾਮ ਤੇ ਲਿਜਾਣ ਵਾਸਤੇ ਵੀ ਉੱਥੇ ਜਾ ਕੇ ਸ਼ਰਾਬ ਪੀ ਕੇ ਬੇਇੱਜ਼ਤੀ ਕਰਾਏਗਾ ਮਾਪਿਓ ਦੀ ਪਿੰਡ ਦੇ ਵਿੱਚ ਇੱਜ਼ਤ ਬਣੀ ਹੁੰਦੀ ਹੈ ਸ਼ਰਾਬੀ ਪੁੱਤ ਸਾਰੀ ਖਰਾਬ ਕਰ ਦਿੰਦਾ ਫਿਰ ਰਾਤ ਨੂੰ ਰੋਟੀ ਤਿਆਰ ਹੁੰਦੀ ਹੈ ਸਬਜ਼ੀ ਬਣ ਰਹੀ ਹੁੰਦੀ ਹੈ ਹੋ ਸਕਦਾ ਪੈਗ ਲਾ ਕੇ ਆਉਂਦਾ ਸਾਰੇ ਟੱਬਰ ਦੀ ਰੋਟੀ ਖਰਾਬ ਕਰ ਦਿੰਦਾ ਖਾਣੀ ਦੇ ਘਰ ਦੇ ਵਿੱਚ ਲੜਾਈ ਕਲੇਸ਼ ਇਹ ਬਣਿਆ ਰਹਿੰਦਾ ਹੈ ਇਹ ਸਾਰਾ ਦੁੱਖ ਸਾਨੂੰ ਆ ਕੇ ਸਾਡੀਆਂ ਬੀਬੀਆਂ ਮਾਤਾ-ਮਾਪਾਂ ਦੱਸਦੀਆਂ ਨੇ ਹੁਣ ਕਈ ਦਵਾਈਆਂ ਐਸੀਆਂ ਨੇ ਜਿਹੜੀਆਂ ਦੱਸ ਕੇ ਖਵਾਈਆਂ ਜਾਂਦੀਆਂ ਨੇ ਤੇ ਉਹਨਾਂ ਕੰਨੀਆਂ ਸਵਾਲ ਕੀਤਾ ਜਾਂਦਾ ਸੀ ਵੀ ਬਾਬਾ ਜੀ ਕੋਈ ਐਹੇ ਜੀ ਦਵਾਈ ਬਣਾਓ ਵੀ ਜਿਹੜੀ ਬਿਨਾਂ ਦੱਸੇ ਅਸੀਂ ਖਵਾ ਸਕੀਏ ਤੇ ਇਸ ਕੋੜ ਨੂੰ ਗਲੋਂ ਲਾ ਸਕੀਏ ਤੇ ਉਹਨਾਂ ਦੀ ਮੰਗ ਦੇ ਉੱਤੇ ਫਿਰ ਅਸੀਂ ਇੱਕ ਦਵਾਈ ਤਿਆਰ ਕੀਤੀ ਹੈ ਜਿਹੜੇ ਵੀਰ ਸ਼ਰਾਬ ਪੀਂਦੇ ਆ ਚਾਹੇ ਉਹ ਦੋ ਟਾਈਮ ਪੀਂਦੇ ਐ ਚਾਹੇ ਕੋਈ ਬੋਤਲ ਪੀਂਦਾ ਚਾਹੇ ਕੋਈ ਸਾਰਾ ਦਿਨ ਹੀ ਪੀਂਦਾ ਚਾਹੇ 10 ਬੋਤਲਾਂ ਪੀਂਦਾ ਕੋਈ ਬਿਨਾ ਦੱਸੇ ਇਹ ਦਵਾਈ ਤੁਸੀਂ ਉਹਨੂੰ ਸਬਜੀ ਦੇ ਵਿੱਚ ਪਾਣੀ ਦੇ ਵਿੱਚ ਚਾਹ ਦੇ ਵਿੱਚ ਦੁੱਧ ਦੇ ਵਿੱਚ ਚਾਹੇ ਸ਼ਰਾਬ ਪੀਂਦਾ ਜਿਹੜੀ ਉਹਦੇ ਵਿੱਚ ਵੀ ਪਾ ਸਕਦੇ ਬਿਨਾ ਦੱਸੇ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਕੋਈ ਸਵਾਦ ਨਹੀਂ ਇਸ ਦਵਾਈ ਦਾ ਬਿਨਾ ਦੱਸੇ ਤੁਸੀਂ ਜਿੱਡਾ ਮਰਜੀ ਕੋਈ ਸ਼ਰਾਬੀ ਹੈ ਉਹਨੂੰ 1 ਮਹੀਨੇ ਦੇ ਵਿੱਚ ਸ਼ਰਾਬ ਹੈ ਜਿਹੜੀ ਉਹ ਛਡਾ ਸਕਦੇ ਇਹਦੀ ਗਰੰਟੀ ਮੈਂ ਛਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਦਾਅਵੇ ਦੇ ਨਾਲ ਇਹ ਗੱਲ ਕਰਦੇ ਆਂ ਅਸੀਂ ਜਿੱਡਾ ਮਰਜੀ ਕੋਈ ਤੁਹਾਡੇ ਘਰ ਦੇ ਵਿੱਚ ਸ਼ਰਾਬੀ ਹੈ ਸ਼ਰਾਬ ਪੀ ਰਿਹਾ ਇਸ ਆਦਤ ਤੋਂ ਬਾਹਰ ਨਹੀਂ ਆ ਰਿਹਾ ਸ਼ਰਾਬ ਪੀਣੀ ਹੈ ਜਿਹੜੀ ਉਹ ਬੰਦ ਨਹੀਂ ਕਰ ਰਿਹਾ ਅਸੀਂ ਇਸ ਚੀਜ਼ ਦਾ ਦਾਵਾ ਕਰਦੇ ਆ ਗਰੰਟੀ ਦੇ ਨਾਲ ਤੁਸੀਂ 1 ਮਹੀਨਾ ਬਿਨਾਂ ਦੱਸੇ ਸ਼ਰਾਬੀ ਨੂੰ ਕਿਸੇ ਚੀਜ਼ ਦੇ ਵਿੱਚ ਮਰਜ਼ੀ ਪਾ ਕੇ ਉਹ ਦਵਾਈ ਦੇ ਦਿਓ ਮੈਂ ਗਰੰਟੀ ਨਾਲ ਦਾਅਵੇ ਨਾਲ ਸ਼ਟਾਮ ਪੇਪਰ ਤੇ ਲਿਖ ਕੇ ਦਿਨਾ 1 ਮਹੀਨੇ ਤੋਂ ਬਾਅਦ ਜਿੱਡਾ ਮਰਜ਼ੇ ਸ਼ਰਾਬੀ ਐ ਉਹ ਸ਼ਰਾਬ ਵੱਲ ਨੱਕ ਨਹੀਂ ਕਰੇਗਾ ਅੰਦਰੋਂ ਨਫ਼ਰਤ ਹੋਣੀ ਸ਼ੁਰੂ ਹੋ ਜਾਏਗੀ ਦੂਜੇ ਨੰਬਰ ਦੇ ਇਸ ਦਵਾਈ ਦਾ ਕੋਈ ਨੁਕਸਾਨ ਨਹੀਂ ਕਿਸੇ ਤਰ੍ਹਾਂ ਦਾ ਕੋਈ ਚਿਹਰਾ ਲਾਲ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਚੱਕਰ ਨਹੀਂ ਆਉਂਦਾ ਦਵਾਈ ਖਾਣ ਦੇ ਵਿੱਚ ਸ਼ਰਾਬ ਪੀਂਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦੀ ਸਾਡੀ ਸਾਰੀ ਜ਼ਿੰਮੇਵਾਰੀ ਹੈ ਸੋ ਆਪ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਇਹ ਪ੍ਰੋਬਲਮ ਹੈ ਕਿਸ ਕੋਈ ਸ਼ਰਾਬ ਪੀਂਦਾ ਉਹ ਤੁਸੀਂ ਆਪ ਇਹ ਦਵਾਈ ਲਿਜਾ ਕੇ ਉਹਨਾਂ ਨੂੰ ਦਿਓ ਤੁਹਾਡੇ ਰਿਸ਼ਤੇਦਾਰੀ ਚ ਤੁਹਾਡੇ ਪਿੰਡ ਚ ਕੋਈ ਜਿਆਦਾ ਸ਼ਰਾਬ ਪੀਂਦਾ ਉਹਨੂੰ ਇਹ ਦਵਾਈ ਲਿਜਾ ਕੇ ਤੁਸੀਂ ਦਿਓ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਦਵਾਈ ਦਿੰਨੇ ਆ ਤੁਸੀਂ ਮੈਨੂੰ ਮਿਲ ਕੇ ਆ ਕੇ ਦਵਾਈ ਲਿਜਾ ਸਕਦੇ ਹੋ ਪਿੰਡ ਡਸਕ ਹੈ ਜਿਹੜਾ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਲਹਿਰਾਗਾਗਾ ਹੈ ਨੇੜੇ ਸ਼ਹਿਰ ਬਡਲਾਡਾ ਵੀ ਹੈ ਸੁਨਾਮ ਵੀ ਹੈ ਲਹਿਰਾਗਾਗਾ ਵੀ ਹੈ ਬਰੇਟਾ ਵੀ ਹੈ ਹਰ ਐਤਵਾਰ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਸੋ ਤੁਹਾਡੇ ਨੇੜੇ ਤੇੜੇ ਰਿਸ਼ਤੇਦਾਰੀਆਂ ਚ ਪਰਿਵਾਰ ਚ ਕੋਈ ਵੀ ਸ਼ਰਾਬ ਪੀਂਦਾ ਇਸ ਮਾੜੀ ਲੱਤ ਤੋਂ ਅਗਰ ਆਪ ਛੁੱਟਣਾ ਚਾਹੁੰਦਾ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਹੈ ਅਗਰ ਤੁਸੀਂ ਬਿਨਾਂ ਦੱਸੇ ਵੀ ਉਹਦੀ ਸ਼ਰਾਬ ਛਡਾਉਣੀ ਹੈ ਤਾਂ ਉਹ ਚੀਜ਼ ਦੀ ਸਾਡੀ ਗਰੰਟੀ ਹੈ ਪੂਰਾ ਦਾਅਵੇ ਨਾਲ ਅਸੀਂ ਇਹ ਗੱਲ ਕਹਿੰਨੇ ਆ ਗਰੰਟੀ ਲਿਖ ਕੇ ਦਿੰਨੇ ਆ ਅਸੀਂ ਸਟਾਮਪ ਪੇਪਰ ਤੇ ਇੱਕ ਮਹੀਨੇ ਦੇ ਵਿੱਚ ਜੁਟਾ ਮਰਜੀ ਸ਼ਰਾਬੀ ਹੈ ਚਾਹੇ ਸਾਰਾ ਦਿਨ ਹੀ ਸ਼ਰਾਬ ਪੀਂਦਾ ਹੈ ਇੱਕ ਮਹੀਨੇ ਦੇ ਵਿੱਚ ਸ਼ਰਾਬ ਛਡਾ ਦਿਆਂਗੇ ਇਹਦੀ ਗਰੰਟੀ ਅਸੀਂ ਲਿਖ ਕੇ ਦੇਵਾਂਗੇ ਸੋ ਹਰ ਐਤਵਾਰ ਨੂੰ ਆਪਾਂ ਇਹ ਦਵਾਈ ਦਿੰਨੇ ਆ ਤੁਸੀਂ ਪਿੰਡ ਦੱਸ ਕੇ ਚ ਮੈਨੂੰ ਮਿਲ ਕੇ ਇਹ ਦਵਾਈ ਲਿਜਾ ਸਕਦੇ ਹਾਂ ਇਸ ਮਾੜੀ ਆਦਤ ਤੋਂ ਇਸ ਮਾੜੀ ਭੈੜੀ ਆਦਤ ਤੋਂ ਛੁਟਕਾਰਾ ਦਿਵਾ ਸਕਦੇ ਹੋ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਜੋ ਇਸ ਮਾੜੀ ਲਤ ਦੇ ਵਿੱਚ ਪਿਆ ਹੋਇਆ ਕੋਈ ਰਿਸ਼ਤੇਦਾਰ ਪਿਆ ਹੋਇਆ ਪਿੰਡ ਦਾ ਯਾਰ ਮਿੱਤਰ ਦੋਸਤ ਪਿਆ ਹੋਇਆ ਇਹ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਦੁਨੀਆ ਦੇ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਹਾਂ ਲੰਗਰ ਲਾਉਂਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਇਹ ਵੀ ਇੱਕ ਕਿਸੇ ਦੁਖੀ ਪਰਿਵਾਰ ਨੂੰ ਸੁਖੀ ਕਰਨਾ ਕਿਸੇ ਦੁਖੀ ਬੰਦੇ ਦੀ ਜ਼ਿੰਦਗੀ ਜਿਹਦੀ ਨਰਕ ਬਣ ਰਹੀ ਹੈ ਉਹਨੂੰ ਸਵਰਗ ਬਣਾਉਣਾ ਇਹ ਵੀ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਹੈਗੀ ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਦੋ ਹੀ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਛਾਓ ਸਹਿਬ ਕਹਿੰਦੇ ਇੱਕ ਕੁਦਰਤ ਦੇ ਇੱਕ ਬੰਦੇ ਦਾ ਸਰੀਰ ਰੱਬ ਨੇ ਦੋ ਚੀਜ਼ਾਂ ਬਣਾਈਆਂ ਨੇ ਦੋਨਾਂ ਦੇ ਵਿੱਚ ਰੱਬ ਦਾ ਵਾਸ ਹੈ ਦੋਨਾਂ ਦੇ ਵਿੱਚ ਜੋ ਸੇਵਾ ਕਰੋਗੇ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਇਸ ਕਰਕੇ ਭਾਈ ਆਓ ਇਸ ਮਾੜੀ ਲੱਤ ਤੋਂ ਆਪਣਾ ਖਿਹੜਾ ਛੁਡਾਈਏ ਤੁਹਾਡੇ ਪਰਿਵਾਰ ਚ ਤੁਹਾਡੇ ਆਲੇ-ਦੁਆਲੇ ਸਮਾਜ ਚ ਰਿਸ਼ਤੇਦਾਰਾਂ ਚ ਕੋਈ ਵੀ ਇਦਾਂ ਦਾ ਬੰਦਾ ਹੈ ਜਿਹੜਾ ਦਿਨ ਰਾਤ ਇੱਕ ਕਰ ਰਿਹਾ ਸ਼ਰਾਬ ਪੀ ਰਿਹਾ ਸ਼ਰਾਬ ਛੱਡ ਨਹੀਂ ਰਿਹਾ ਬਿਨਾਂ ਦੱਸੇ ਬਿਨਾਂ ਤਕਲੀਫ ਦੇ ਬਿਨਾਂ ਕਿਸੇ ਤਰ੍ਹਾਂ ਦੀ ਤੋੜ ਦੇ ਤੁਸੀਂ ਇਸ ਨਸ਼ੇ ਨੂੰ ਗਲੋ ਲਾ ਸਕਦੇ ਹੋ ਹਰ ਐਤਵਾਰ ਪਿੰਡ ਦੱਸ ਕੇ ਚ ਆਪਾਂ ਦਵਾਈ ਦਿੰਨੇ ਆ ਇਹ ਬਿਨਾਂ ਦੱਸੇ ਤੁਸੀਂ ਵੀ ਦਵਾਈ ਇਸ ਜਿਹੜੀ ਨਸ਼ਾ ਸ਼ਰਾਬ ਦਾ ਬਿਨਾ ਦੱਸੇ ਵੀ ਛਡਾ ਸਕਦੇ ਹਾਂ ਜੇ ਕੋਈ ਆਪਣੇ ਆਪ ਛੱਡਣਾ ਚਾਹੁੰਦਾ ਹੈ ਉਹਨੂੰ ਕੋਈ ਤਕਲੀਫ ਨਹੀਂ ਆਏਗੀ ਕੋਈ ਨੀਂਦ ਦੀ ਕੋਈ ਲੱਤਾਂ ਟੁੱਟਣ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਉਹਦੀ ਜ਼ਿੰਮੇਵਾਰੀ ਸਾਡੀ ਹੈ سٹਾਮ ਤੇ ਗਰੰਟੀ ਲਿਖਾ ਕੇ ਮੇਰੇ ਤੋਂ ਲੈ ਸਕਦੇ ਹੋ ਇੱਕ ਮਹੀਨੇ ਚ ਜਿੱਡਾ ਮਰਜੀ ਕੋਈ ਸ਼ਰਾਬੀ ਹੈ ਉਹਦੀ ਸ਼ਰਾਬ ਹੈ ਜਿਹੜੀ ਏ ਛੁੱਟ ਜਾਂਦੀ ਹੈ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਚ ਆਪਾਂ ਮਿਲਦੇ ਹਾਂ ਇਹ ਨੋਟ ਕਰ ਲਿਓ ਬਾਕੀ ਤੁਹਾਡਾ ਸਭ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਅੱਗੇ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਸੇ ਦੁਖੀ ਨੂੰ ਅਸੀਂ ਸੁਖੀ ਕਰ ਸਕੀਏ ਕਿਸੇ ਦੀ ਜ਼ਿੰਦਗੀ ਨਰਕ ਬਣ ਰਹੀ ਹੈ ਜਿਹੜੀ ਉਹਨੂੰ ਸਵਰਗ ਬਣਾ ਸਕੀਏ ਉਹਦੇ ਪਰਿਵਾਰ ਦੇ ਚਿਹਰਿਆਂ ਤੇ ਖੇੜਾ ਹਾਸਾ ਲਿਆ ਸਕੀਏ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਂ ਮਿਲਦਾ ਤੁਸੀਂ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਆਪਣੇ ਇਲਾਜ ਕਰਵਾ ਸਕਦੇ ਹੋ ਜੀ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ